जी मैडम, सेवा देश दी जिंदड़ी है बड़ी औखी, सेवा देश दी जिंदड़ी है बड़ी औखी, गल्लां करनियां ढेर सुखलियां ने, जिन्हां देश सेवा विच पैर पाया उन्हां लख मुसीबतां झल्लियां ने। मैं चरणजीत कौर, लैक्चरर इंग्लिश, गवर्नमेंट गर्ल सीनियर सैकेंडरी स्कूल फाजिलका। अज असी 1857 की क्रांति के संबंध में इत्थे ब्लड डोनेशन कैंप के इकट्ठे होए हैं। मेरे वालों जिन्हें भी इतों के ऑर्गेनाइजर है, जिन्हें भी ब्लड डोनर्स है या होर सहयोगी है, उन्हों का बहुत बहुत स्वागत ते उन्होंने बहुत बहुत बधाई इस शुभ काम के लिए। 1857 की क्रांति नूं आम तौर पर स्पॉय म्यूटिनी कहा जाता है, पर यह एक सिर्फ सिपाही की ही क्रांति नहीं सी, इस दे पिछे सैकड़े ही कारण रहे सी। कभी भी कोई क्रांति एक सिर्फ निके जे कारण दे नाल नहीं हुंदी, बहुत सारे कारण उस दे विच हुंदे है। जदों ईस्ट इंडिया कंपनी रॉयल चार्टर लैके भारत दे विच आई सी, तां उस दे वेले उन्हां दा जिहड़ा मकसद सी बुलियनिज़म सीगा। बुलियन का मतलब है कि कीमती चांदी ते सोने दे भंडार इकट्ठे करना। उस दे लई उन्होंने व्यापारी कंपनी भेजी, पर उन्होंने जल्दी ही देख लिया कि बजाए इस दे कि ये सानू सिक्के इकट्ठे होन, सानू तां सिक्के भारत वालियां नूं ज़्यादा देने पैणगे, क्योंकि इत्थे प्रोडक्शन वधिया चीज़ों की ज़्यादा है। हौली हौली करके उन्होंने की किया कि सारिया जमीनों के उत्ते उही समान भिजवाना शुरू करता जिन्हां दी कि उन्होंने जरूरत सी, ते साडियां जमीनां खराब हो रही सी, जिवें कि नील दी खेती, इस टाइप दी होर कैश क्रॉप्स उगवाणियां शुरू कर दित्तियां, ते उहदे नाल जिन्ना भी कच्चा माल सी वह सारा इंग्लैंड वल भेजना शुरू कर दिता, ते उत्थों पक्का माल बन के जिहड़ा तैयार हो के भारत दे विच आण लग गया। जिहड़ा माल इत्थे सानू थोड़े जे रेट दे विच मिल सकदा सी, ਉਹ ਬਹੁਤ ਮਹਿੰਗੇ ਰੇਟਾਂ ਦੇ ਵਿੱਚ ਸਮੁੰਦਰ ਪਾਰ ਤੋਂ ਇੱਥੇ ਆ ਕੇ ਸਾਨੂੰ ਮਿਲਣ ਲੱਗਾ। ਇਹਦੇ ਨਾਲ ਕੀ ਹੋਇਆ ਕਿ ਸਾਡੇ ਜਿਹੜੇ ਕਿਸਾਨ ਸੀ, ਆਮ ਲੋਕ ਸੀ, ਜਿੰਨੇ ਵੀ ਗਰੀਬ ਵਰਗ ਸੀ, ਉਹਨਾਂ ਦੀ ਦਸ਼ਾ ਹੋਰ ਖਰਾਬ ਹੁੰਦੀ ਗਈ, ਅਤੇ ਉਹਨਾਂ ਨੂੰ ਮਜਬੂਰੀ ਵਸ ਫੌਜ ਦੇ ਵਿੱਚ ਭਰਤੀ ਹੋਣਾ ਪਿਆ। ਜਿਹੜੀ ਫੌਜ ਸੀ ਉਹ ਕੋਈ ਫੌਜੀਆਂ ਦੀ ਜਾਂ ਉਹਨਾਂ ਜਵਾਨਾਂ ਦੀ ਨਹੀਂ ਹੁੰਦੀ ਸੀ, ਹਿੰਦੁਸਤਾਨੀਆਂ ਦੀ, ਜਿਹੜੇ ਕਿ ਲੜਨ ਦੇ ਜਜ਼ਬੇ ਨਾਲ ਉੱਥੇ ਗਏ ਹੈ। ਉਹ ਇਸ ਕਰਕੇ ਕਿਉਂਕਿ ਉਹ ਬੇਰੁਜ਼ਗਾਰ ਹੋ ਗਏ, ਉਹਨਾਂ ਦੀਆਂ ਜ਼ਮੀਨਾਂ ਖੋ ਲੀਆਂ ਗਈਆਂ ਜਾਂ ਜ਼ਮੀਨਾਂ ਤੋਂ ਆਮਦਨੀ ਇੰਨੀ ਖੋਣ ਲੱਗ ਗਈ ਕਿ ਉਹਨਾਂ ਨੂੰ ਫੌਜ ਦੇ ਵਿੱਚ ਜਾਣਾ ਪਿਆ। ਬੜੇ ਮਾੜੇ ਹਾਲਾਤ ਸੀ, ਉਹਨਾਂ ਹਾਲਾਤਾਂ ਦਾ ਵੀ ਉਹ ਮੁਕਾਬਲਾ ਕਰਦੇ ਰਹੇ। ਪਰ ਜਿਵੇਂ ਕਿ ਮਾਸ ਕਹਿੰਦਾ ਇੰਡੀਆ ਦੇ ਬਾਰੇ ਉਹਨੇ ਲਿਖਿਆ ਕਿ ਜਦੋਂ ਇਹਨਾਂ ਦੀ ਸੋਸ਼ਲ ਸਟਰਕਚਰ ਨੂੰ ਛੇੜਿਆ ਜਾਏ ਜਾਂ ਧਰਮ ਦੇ ਨਾਲ ਛੇੜਛਾੜ ਕੀਤੀ ਜਾਏ, ਤਾਂ ਫਿਰ ਹਿੰਦੁਸਤਾਨ ਵਾਲੇ ਚੁੱਪ ਨਹੀਂ ਕਰਦੇ, ਸਹਿ ਨਹੀਂ ਸਕਦੇ, ਹੋਰ ਹਰ ਹਾਲਾਤ ਸਹਿ ਲੈਂਦੇ। ਅੰਗਰੇਜ਼ਾਂ ਨੇ ਨੀਤੀਆਂ ਬਣਾਈਆਂ, ਲੈਬਸ ਦੀ ਨੀਤੀ ਬਣਾਈ, ਜਿਹਦੇ ਵਿੱਚ ਇਹ ਸੀ ਕਿ ਕੋਈ ਵੀ ਆਪਣਾ ਐਡੋਪਟਿਡ ਬੇਟਾ ਜਾਂ ਬੇਟੀ ਨੂੰ ਅੱਗੋਂ ਰਾਜਾ ਨਹੀਂ ਬਣਾ ਸਕਦਾ ਸੀ। ਫਿਰ ਉਹਨਾਂ ਨੇ ਫੌਜ ਨੂੰ ਸਾਨੂੰ ਕਿਹਾ ਕਿ ਸਾਡੀ ਫੌਜ ਜਿਹੜੀ ਹੈ ਤੁਹਾਡੀ ਸੁਰੱਖਿਆ ਦੇਗੀ ਸਾਡੇ ਰਾਜਾ ਨੂੰ। ਉਹਦੇ ਨਾਲ ਕੀ ਕੀਤਾ ਕਿ ਆਪਣੇ ਬੰਦੇ ਰੈਜ਼ੀਡੈਂਟਸ ਉਹਨਾਂ ਦੇ ਰਾਜਾਂ ਦੇ ਵਿੱਚ ਵਾੜ ਦਿੱਤੇ, ਮਤਲਬ ਕਿ ਪੂਰੀ ਅੰਦਰੂਨੀ ਮਾਮਲਿਆਂ ਦੇ ਵਿੱਚ ਵੀ ਹਸਤਕਸ਼ੇਪ ਹੋਣ ਲੱਗ ਪਿਆ, ਦਖਲ ਅੰਦਾਜ਼ੀ ਹੋਣ ਲੱਗ ਪਈ। ਅਵਧ ਦੇ ਰਾਜੇ ਨੂੰ ਕਿਹਾ ਗਿਆ ਕਿ ਤੇਰੀ ਐਡਮਿਨਿਸਟ੍ਰੇਸ਼ਨ ਠੀਕ ਨਹੀਂ ਹੈ, ਇਸ ਕਰਕੇ ਉਹਨੂੰ ਕਲਕੱਤੇ ਭੇਜ ਦਿੱਤਾ ਗਿਆ। ਬਹੁਤ ਸਾਰੇ ਰਾਜਾਂ ਨੂੰ ਆਪਣੇ ਵਿੱਚ ਸ਼ਾਮਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਾਡੇ ਨਾਲ ਬੜੇ ਸਾਰੇ ਅਨਿਆਂ ਹੁੰਦੇ ਰਹੇ, ਕਿਸੇ ਵੀ ਚੰਗੀ ਪੋਸਟ ਦੇ ਉੱਤੇ ਹਿੰਦੁਸਤਾਨੀਆਂ ਨੂੰ ਨਹੀਂ ਲਗਾਇਆ ਜਾਂਦਾ ਸੀ, ਉਹਨਾਂ ਨਾਲ ਮਾੜਾ ਸਲੂਕ, ਮਾਰ ਕੁੱਟ ਕੀਤੀ ਜਾਂਦੀ। ਹੌਲੀ ਹੌਲੀ ਕਰਕੇ ਲੋਕਾਂ ਦੇ ਵਿੱਚ ਵਿਦਰੋਹ ਦੀ ਭਾਵਨਾ ਵਧਦੀ ਗਈ। ਸਿਰਫ ਸਾਡੇ ਕਿਸਾਨ, ਜਵਾਨ ਅਤੇ ਹੋਰ ਲੋਕ ਹੀ ਨਹੀਂ, ਸਾਡੇ ਜਿਹੜੇ ਆਰਟਿਸਟ ਲੋਕ ਸੀਗੇ ਉਹਨਾਂ ਨੇ ਵੀ ਬਹੁਤ ਸਫ਼ਰ ਕੀਤਾ। ਅੰਗਰੇਜ਼ਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਇੱਕ ਰਾਜਾ ਜਿਹੜਾ ਉਹ ਆਰਟਿਸਟ ਵੀ ਹੋ ਸਕਦਾ, ਪੋਇਟ ਵੀ ਹੋ ਸਕਦਾ, ਆਰਕੀਟੈਕਟ ਵੀ ਹੋ ਸਕਦਾ। ਉਹਨਾਂ ਦੇ ਹਿਸਾਬ ਨਾਲ ਤਾਂ ਐਡਮਿਨਿਸਟ੍ਰੇਸ਼ਨ ਇੱਕ ਵੱਖਰਾ ਸੈੱਲ ਸੀ, ਇਹ ਬਾਕੀ ਸਾਰੀਆਂ ਚੀਜ਼ਾਂ ਇੱਕ ਵੱਖਰੀਆਂ ਸੀ। ਅਤੇ ਇਸੇ ਕਰਕੇ ਉਹਨਾਂ ਨੇ ਰਾਜਿਆਂ 'ਤੇ ਇਹ ਦੋਸ਼ ਲਾਏ ਕਿ ਇਹ ਤਾਂ ਕਵੀ ਬਣੇ ਫਿਰਦੇ ਹੈ।
ਇਹਦਾ ਇਮਾਰਤਾਂ ਬਣਾਉਣ ਦੇ ਵਾਲੇ ਪਾਸੇ ਲੱਗੇ ਹੋਏ ਹੈ ਜਦੋਂ ਕਿ ਉਹ ਬੜੇ ਅੱਛੇ ਤਰੀਕੇ ਨਾਲ ਉਸ ਨੂੰ ਮੈਨੇਜ ਕਰ ਰਹੇ ਸੀ ਇਹ ਦੋਸ਼ ਲਾ ਕੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੇ ਰਾਜਾਂ ਤੋਂ ਬਰਖਾਸਤ ਕਰਨਾ ਸ਼ੁਰੂ ਕਰਤਾ ਲੈਪਸ ਦੀ ਨੀਤੀ ਦੇ ਨਾਲ ਸਾਰੇ ਜਿਹੜੇ ਰਾਜ ਹੈ ਉਹ ਆਪਣੇ ਵਿੱਚ ਸ਼ਾਮਲ ਕਰਨੇ ਸ਼ੁਰੂ ਕਰ ਦਿੱਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਪਹਿਲੇ ਵਿਦਰੋਹ ਦਾ ਕਾਰਨ ਬਣੀਆਂ ਸੀ ਪਰ ਜਿਹੜਾ ਇਮੀਡੀਏਟ ਪੋਜ ਬਣਿਆ ਉਹ ਸੀ ਮੰਗਲ ਪਾਂਡੇ ਕਿਉਂਕਿ ਸੂਰ ਦੀ ਚਰਬੀ ਵਾਲੇ ਕਾਰਤੂਸ ਜਦੋਂ ਸਾਡੇ ਫੌਜੀਆਂ ਨੂੰ ਮੂੰਹ ਨਾਲ ਖੋਲ੍ਹਣੇ ਪਏ ਤਾਂ ਉਹ ਉਹਨਾਂ ਨੂੰ ਬਰਦਾਸ਼ਤ ਨਹੀਂ ਸੀ ਕਿਉਂਕਿ ਇਹ ਸਿੱਧਾ ਉਹਨਾਂ ਦੇ ਧਰਮ 'ਤੇ ਅਟੈਕ ਸੀ ਉਹਨਾਂ ਨੇ ਅੰਗਰੇਜ਼ ਅਫਸਰਾਂ ਨੂੰ ਮਾਰ ਦਿੱਤਾ ਉਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਵੀ ਅਸੀਂ ਫੌਜੀ ਭਰਤੀ ਕਰਾਂਗੇ ਉਹ ਸਿਰਫ ਆਪਣੀਆਂ ਜਿਹੜੀਆਂ ਸੇਵਾਵਾਂ ਹੈ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਸਮੁੰਦਰ ਪਾਰ ਇੰਗਲੈਂਡ ਦੇ ਵਿੱਚ ਜਾਂ ਹੋਰਾਂ ਕੰਟਰੀਜ਼ ਦੇ ਵਿੱਚ ਵੀ ਉਹਨਾਂ ਨੂੰ ਦੇਣੀਆਂ ਪੈਣਗੀਆਂ ਅਤੇ ਸਮੁੰਦਰ ਪਾਰ ਕਰਨਾ ਵੀ ਸਾਡੇ ਹਿੰਦੂ ਧਰਮ ਦੇ ਅਗੇਂਸਟ ਹੈ ਇਹ ਗੱਲਾਂ ਜਿਹੜੀਆਂ ਬਰਦਾਸ਼ਤ ਨਹੀਂ ਹੋ ਸਕੀਆਂ ਤਾਂ ਕ੍ਰਾਂਤੀ ਸ਼ੁਰੂ ਹੋ ਗਈ ਕ੍ਰਾਂਤੀ ਦਾ ਮੁੱਢ ਤਾਂ ਬਹੁਤ ਹੀ ਪਹਿਲੇ ਵੱਧ ਚੁੱਕਾ ਸੀ ਪਰ ਇਹਨਾਂ ਕਾਰਨਾਂ ਨੇ ਕ੍ਰਾਂਤੀ ਨੂੰ ਸਮੇਂ ਤੋਂ ਪਹਿਲੇ ਸ਼ੁਰੂ ਕਰ ਦਿੱਤਾ ਔਰਗਨਾਈਜ਼ਡ ਵੇ ਨਾਲ ਸ਼ੁਰੂ ਨਹੀਂ ਹੋ ਸਕੀ ਹੁਣ ਜਦੋਂ ਵੀ ਕੋਈ ਕ੍ਰਾਂਤੀ ਹੁੰਦੀ ਹੈ ਤਾਂ ਉਹਦੇ ਲਈ ਕੋਈ ਵਧੀਆ ਨੇਤਾ ਚਾਹੀਦਾ ਤਾਂ ਇਹਨਾਂ ਦੇ ਕੋਲ ਨੇਤਾ ਨਹੀਂ ਸੀ ਸੋ ਕਾਲਡ ਕੋਈ ਤਾਂ ਇਹਨਾਂ ਨੇ ਸੋਚਿਆ ਬਹਾਦਰ ਸ਼ਾਹ ਜ਼ਫਰ ਜਿਹੜਾ ਕਿ ਉਸ ਦੇ ਵੇਲੇ ਦਿੱਲੀ ਦੇ ਵਿੱਚ ਸੀ ਉਹਨੂੰ ਆਪਣਾ ਨੇਤਾ ਬਣਾਇਆ ਜਾ ਸਕੇ ਬਹਾਦਰ ਸ਼ਾਹ ਜ਼ਫਰ ਨੋ ਡਾਊਟ ਬਹੁਤ ਹੀ ਵਧੀਆ ਬੰਦਾ ਸੀ ਬਹੁਤ ਵਧੀਆ ਲੇਖਕ ਸੀ ਤੁਹਾਨੂੰ ਪਤਾ ਹੋਣਾ ਕਿ ਉਹਦੀਆਂ ਕਿੰਨੀਆਂ ਵਧੀਆ ਜਿਹੜੀਆਂ ਕਵਿਤਾਵਾਂ ਹੈਗੀਆਂ ਜਾਂ ਮੁਝੇ ਜਾਨ ਨੇ ਸ਼ਹਾਨਾ ਨਾ ਬਣਾਇਆ ਹੋਤਾ ਜਾਂ ਨਾ ਕਿਸੀ ਕੀ ਆਂਖ ਕਾ ਨੂਰ ਹੋ ਇਸ ਟਾਈਪ ਦੀਆਂ ਅੱਜ ਵੀ ਗਾਈਆਂ ਜਾਂਦੀਆਂ ਬੜਾ ਨੇਕ ਦਿਲ ਇਨਸਾਨ ਸੀ ਪਰ ਉਹ ਇੱਕ ਵਧੀਆ ਨੇਤਾ ਨਹੀਂ ਸੀ ਵਧੀਆ ਨੇਤਾ ਦੀ ਕਮੀ ਹੋਣ ਕਾਰਨ ਅਤੇ ਨਾਲ ਹੀ ਸਾਡੇ ਆਪਣੇ ਗਦਾਰਾਂ ਨੇ ਜਿਹੜੇ ਹਮੇਸ਼ਾ ਹੀ ਦੇਸ਼ ਦੇ ਵਿੱਚ ਰਹੇ ਹੈ ਉਹਨਾਂ ਨੇ ਇਸ ਕ੍ਰਾਂਤੀ ਨੂੰ ਫੇਲ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਅੱਜ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਜਿਹੜੀ ਕ੍ਰਾਂਤੀ ਹੈ ਉਸ ਵੇਲੇ ਹੀ ਇਹਨੇ ਦੇਸ਼ ਦੇ ਵਿੱਚ ਆਜ਼ਾਦੀ ਲੈ ਆਉਣੀ ਸੀ ਪਰ ਯੋਗ ਨੇਤਾ ਨਾ ਹੋਣ ਕਾਰਨ ਅਤੇ ਆਪਣੇ ਗਦਾਰਾਂ ਨੇ ਉਸ ਕ੍ਰਾਂਤੀ ਨੂੰ ਫੇਲ ਕੀਤਾ ਅਤੇ ਅਸੀਂ 100 ਸਾਲ ਜਿਹੜੇ ਤਕਰੀਬਨ ਆਜ਼ਾਦੀ ਤੋਂ ਪਛੜ ਗਏ ਆਜ਼ਾਦ ਤਾਂ ਅਸੀਂ ਅੱਜ ਹਾਂ ਪਰ ਸਾਡੀ ਆਜ਼ਾਦੀ ਵਾਲੀ ਕੋਈ ਗੱਲ ਨਹੀਂ ਹੈ ਮੈਨੂੰ ਲੈਰੀ ਕੋਲਿਨਸ ਦੀ ਇੱਕ ਕਿਤਾਬ ਯਾਦ ਆਉਂਦੀ ਹੈ ਫਰੀਡਮ ਐਂਡ ਮਿਡਨਾਈਟ ਜਿਹਦੇ ਵਿੱਚ ਉਹ ਲਿਖਦਾ ਹੈ ਕਿ ਭਾਰਤ ਆਜ਼ਾਦ ਤਾਂ ਹੋ ਗਿਆ ਪਰ ਲੋਕ ਇੱਥੋਂ ਦੇ ਵਿਜੀਲੈਂਟ ਨਹੀਂ ਸੀ ਜਿਹੜੀ ਡੈਮੋਕ੍ਰੇਸੀ ਹੈ ਉਹਦੀ ਸਭ ਤੋਂ ਪਹਿਲੀ ਜ਼ਰੂਰਤ ਵਿਜੀਲੈਂਟ ਪਬਲਿਕ ਹੈ ਜਿੰਨੀ ਦੇਰ ਤੱਕ ਪਬਲਿਕ ਵਿਜੀਲੈਂਟ ਨਹੀਂ ਹੈ ਉਨੀ ਦੇਰ ਤੱਕ ਆਜ਼ਾਦੀ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ ਨੰਬਰ 2 ਤੇ ਆਰਥਿਕ ਬਰਾਬਰੀ ਦੇ ਬਿਨਾਂ ਲੋਕ ਰਾਜ ਇੱਕ ਟੋਂਗ ਹੈ ਅਤੇ ਇਹ ਜਿਹੜੀ ਵਰਸਟ ਫੋਰਮ ਆਫ ਕੈਪੀਟਲਿਜ਼ਮ ਮੈਂ ਕਹਾਂਗੀ ਸ਼ਰਮ ਨਹੀਂ ਕਰਾਂਗੀ ਇਸ ਗੱਲ ਦੇ ਵਿੱਚ ਇੰਡੀਆ ਦੇ ਵਿੱਚ ਹੈ ਡੈਮੋਕ੍ਰੇਸੀ ਦੇ ਲੇਬਲ ਦੇਣ ਦਾ ਸਾਨੂੰ ਜਾਗਰੂਕ ਹੋਣਾ ਪਏਗਾ ਹਰ ਇੱਕ ਨੂੰ ਆਪਣੇ ਤੋਂ ਸ਼ੁਰੂ ਕਰਨਾ ਪਏਗਾ ਇਹ ਨਹੀਂ ਕਿ ਅਸੀਂ ਦੂਜਿਆਂ ਨੂੰ ਤਾਂ ਉਪਦੇਸ਼ ਦੇਈਏ ਆਪ ਉਹੀ ਕੁਛ ਕਰੀਏ ਜਦੋਂ ਅਸੀਂ ਜਾਗਰੂਕ ਹੋਵਾਂਗੇ ਹਰ ਇੱਕ ਬੰਦਾ ਮੈਂ ਤੋਂ ਸ਼ੁਰੂ ਕਰੇਗਾ ਚੇਂਜ ਉਸ ਵੇਲੇ ਭਾਰਤ ਸਹੀ ਮਾਇਨੇ ਵਿੱਚ ਆਜ਼ਾਦ ਹੋਏਗਾ ਧੰਨਵਾਦ